ਵਿਦਿਆਰਥੀਓ ਅੰਮ੍ਰਿਤ ਸੀਨੀਅਰ ਸਕੈਂਡੀ ਸਕੂਲ ਦੇ YouTube ਚੈਨਲ ਤੇ ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੀ 8ਵੀਂ ਸ਼੍ਰੇਣੀ ਦੀ ਪਾਠ ਪੁਸਤਕ ਪਹਿਲੀ ਪਾਸ਼ਾ ਦਾ ਪਾਠ ਨੰਬਰ 9 ਪੜ੍ਹਾਂਗੇ ਜਿਸ ਦਾ ਸਿਰਲੇਖ ਹੈ ਪੰਜਾਬ ਇਹ ਇੱਕ ਕਵਿਤਾ ਹੈ ਜੋ ਕਿ ਤਨੀ RAM ਜਾਤ੍ਰਿਕ ਜੀ ਦੁਆਰਾ ਲਿਖੀ ਹੋਈ ਹੈ ਆਓ ਅਸੀਂ ਪਹਿਲਾ ਧਨੀ ਰਾਮ ਚਾਤਰੀਕ ਜੀ ਬਾਰੇ ਜਾਣੀਏ ਧਨੀ ਰਾਮ ਚਾਤਰੀਕ ਜੀ ਦਾ ਜਨਮ 4 ਅਕਤੂਬਰ 1876 ਵਿੱਚ ਹੋਇਆ ਆਪ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨਿਆ ਜਾਂਦਾ ਹੈ ਉਹਨਾਂ ਦੇ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਾਰ ਘੜੀ ਹਨ ਉਹ ਹੀ ਸਾਪ ਤੋਂ ਪਹਿਲੇ ਵਿਦਵਾਨ ਹਨ ਜਿਨ੍ਹਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਵਰ੍ਹੇ ਸਿਰ ਉੱਤੇ ਅਭਿਨੰਦਨ ਗ੍ਰੰਥ ਸਮਰਪਿਤ ਕਰਕੇ ਸਨਮਾਨਿਤ ਕੀਤਾ ਗਿਆ ਹੈ ਅੱਜ ਅਸੀਂ ਉਹਨਾਂ ਦੁਆਰਾ ਲਿਖੀ ਕਵਿਤਾ ਪੰਜਾਬ ਪੜਨ ਜਾ ਰਹੇ ਹਾਂ ਆਪ ਪਹਿਲਾਂ ਪੰਜਾਬ ਬਾਰੇ ਜਾਣੀਏ ਪੰਜਾਬ ਫਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ ਅਤੇ ਆਪ ਦੇ ਸੁਮੇਲ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ ਪੰਜ ਪਾਣੀ ਜਾਂ ਪੰਜ ਦਰਿਆਵਾਂ ਦੀ ਧਰਤੀ ਆਪਣੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਹਮੇਸ਼ਾ ਬਾਹਰਲੇ ਹਮਲਿਆਂ ਲਈ ਖਿੱਚ ਦਾ ਕਾਰਨ ਬਣਿਆ ਰਿਹਾ ਹੈ ਪੰਜਾਬ ਅੰਨ ਦਾ ਭੰਡਾਰ ਹੈ ਅੱਜ ਇਸ ਕਵਤਾ ਰਹੀਂ ਅਸੀਂ ਪੰਜਾਬ ਦੀ ਭੂਗੋਲਿਕ ਸੱਭਿਆਚਾਰਕ ਇਤਿਹਾਸਿਕ ਰੂਪ ਰੇਖਾ ਬਾਰੇ ਪੜਾਂਗੇ ਆਓ ਫਿਰ ਕਵਿਤਾ ਸ਼ੁਰੂ ਕਰਦੇ ਹਾਂ ਪੰਜਾਬ ਕਰਾਂ ਕੀ ਸਿਫਤ ਤਰੀ ਸ਼ਾਨਾ ਦੇ ਸਭ ਸਾਮਾਨ ਤਰੇ ਜਲ ਪੌਣ ਤਿਰਾ ਹਰੀਓਲ ਤਰੀ ਦਰਿਆ ਪਰਬਤ ਮੈਦਾਨ ਤਰੇ ਭਾਰਤ ਦੇ ਸਿਰ ਤੇ ਛਤਰ ਤਿਰਾ ਤੇਰੇ ਸਿਰ ਛਤਰ ਹਿਮਾਲਾ ਦਾ ਮੋਢੇ ਤੇ ਚਾਦਰ ਬਰਫਾਂ ਦੀ ਸੀਨੇ ਵਿੱਚ ਸੇਕ ਜਵਾਲਾ ਦਾ ਜਵਾਲਾ ਅਗਨ ਨੂੰ ਕਹਿੰਦੇ ਨੇ ਆਓ ਕਵਿਤਾ ਅੱਗੇ ਪੜਨ ਤੋਂ ਪਹਿਲਾਂ ਇਸ ਕਾਵ ਟੋਟੇ ਨੂੰ ਵਿਸਥਾਰ ਨਾਲ ਸਮਝੀਏ ਇਸ ਵਿੱਚ ਕਵੀ ਨੇ ਪੰਜਾਬ ਦੀ ਵਿਸ਼ੇਸ਼ਤਾ ਦੀ ਗੱਲ ਕਰਦਿਆ ਕਿਹਾ ਹੈ ਕਿ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਦਾ ਕੋਈ ਅੰਤ ਨਹੀਂ ਇਹ ਸੋਨੇ ਜਲਵਾਜੂ ਜੰਗਲਾਂ ਦਰਿਆਵਾਂ ਪਰਬਤਾਂ ਤੇ ਮੈਦਾਨਾਂ ਨਾਲ ਭਰਪੂਰ ਹੈ ਇਹ ਤਾਂ ਇੱਕ ਰਾਜਾ ਹੈ ਜਿਸ ਦੇ ਸਿਰ ਉੱਤੇ ਹਿਮਾਲਾ ਦਾ ਛਤਰ ਹੈ ਮੋਢੇ ਤੇ برفਾਂ ਦੀ ਠੰਡੀ ਚਾਦਰ ਹੈ ਪਰ ਸੀਨੇ ਵਿੱਚ ਅੱਗ ਦਾ ਸੇਕ ਹੈ ਆਓ ਅਗਲੇ ਕਾਫ ਟੋਟੇ ਵਿੱਚ ਅੱਗੇ ਕਵਿਤਾ ਪੜ੍ਹਦੇ ਹਾਂ ਖ ਬੇਹੱਥ ਬਰਸ਼ੀ ਜਮਨਾ ਦੀ ਸਜੇ ਹੱਥ ਖੜਗ اٹਕਦਾ ਹੈ ਪਿਛਵਾੜੇ ਬੰਦ ਚਟਾਨਾਂ ਦਾ ਕੋਈ ਵੈਰੀ ਤੋੜਨਾ ਸਕਦਾ ਹੈ ਅਰਸ਼ੀ ਬਰਕਤ ਰੂਵਾਂਗ ਉਤਰ ਚਾਂਦੀ ਦੇ ਢੇਰ ਲਗਾਉਂਦੀ ਹੈ ਚਾਂਦੀ ਟਲ ਕੇ ਵਿਛਦੀ ਹੈ ਤੇ ਸੋਨਾ ਬਣ ਜਾਂਦੀ ਹੈ ਪਿਆਰੇ ਵਿਦਿਆਰਥੀਓ ਇਸ ਕਾਫ ਟੋਟੇ ਵਿੱਚ ਕਵੀ ਨੇ ਪੰਜਾਬ ਦੀ ਭੂਗੋਲਿਕ ਰੂਪਰੇਖਾ ਦੀ ਗੱਲ ਕੀਤੀ ਹੈ ਕਿ ਪੰਜਾਬ ਆਪਣੀ ਪਗੋਲਿਕ ਰੂਪਰੇਖਾ ਤੋਂ ਇੱਕ ਅਜੇਤ ਹਥਿਆਰਬੰਦ ਚੋਦਾ ਜਾਪਦਾ ਹੈ ਜਿਸ ਦੇ ਸੱਜੇ ਹੱਥ ਜਮਨਾ ਰੂਪੀ ਬਰफी ਖੱਬੇ ਵਿੱਚ اٹਕ ਰੂਪੀ ਤਲਵਾਰ ਤੇ ਪਿਛਵਾੜੇ ਪਹਾੜੀ ਚਟਾਨਾਂ ਦੀ ਢਾਲ ਹੈ ਇਸ ਦੇ ਪਹਾੜਾਂ ਉੱਤੇ ਅਰਸ਼ੀ ਬਰਕਤ ਦੇ ਰੂਪੇ ਚਾਂਦੀ ਰੂਪ ਬਰਫ ਪੈਂਦੀ ਹੈ ਜੋ ਟਲ ਕੇ ਮੈਦਾਨਾਂ ਵਿੱਚ ਵੰਦੀ ਹੈ ਤੇ ਬਹੁਮੁੱਲੀਆਂ ਫਸਲਾਂ ਦੇ ਰੂਪ ਵਿੱਚ ਸੋਨਾ ਬਣ ਜਾਂਦੀ ਹੈ ਕਿ ਕਿਵੇਂ برفਾਂ ਲੱਦੇ ਪਹਾੜ ਜਦੋਂ ਪਿਗਲਦੇ ਹਨ ਤਾਂ ਫਸਲਾਂ ਨੂੰ ਸਿੰਜਦੇ ਹਨ ਉਹਨਾਂ ਨੂੰ ਉਪਜਾਊ ਬਣਾਉਂਦੇ ਹਨ ਆਓ ਅਗਲਾ ਕਾਪ ਟੋਟਾ ਸ਼ੁਰੂ ਕਰਦੇ ਹਾਂ ਤੂ ਅੰਦਰੋਂ ਬਾਹਰੋਂ ਨਿੱਗਾ ਹੈ ਨਾ ਗਰਮੀ ਹੈ ਨਾ ਪਾਲਾ ਹੈ ਪਾਲਾ ਠੰਡ ਨਾ ਬਾਹਰ ਕੋਈ ਦਿਖਲਾਵਾ ਹੈ ਨਾ ਅੰਦਰ ਕਾਲਾ ਕਾਲਾ ਹੈ ਜੋ ਬਨ ਵਿੱਚ ਚਲਕ ਜਲਾਲੀ ਹੈ ਨੈਣਾ ਵਿੱਚ ਮਟਕ ਨਿਰਾਲੀ ਹੈ ਕਿ ਕਾਂ ਵਿੱਚ ਹਿੰਮਤ ਆਲੀ ਹੈ ਚਿਹਰੇ ਤੇ ਗਿੱਠ-ਗਿੱਠ ਲਾਲੀ ਹੈ ਪਿਆਰੀ ਵਿਦਿਆਰਥੀਓ ਇਸ ਕਾਵ ਟੋਟੇ ਵਿੱਚ ਕਵੀ ਨੇ ਪੰਜਾਬ ਦੇ ਪੌਣ ਪਾਣੀ ਦੀ ਗੱਲ ਕੀਤੀ ਹੈ ਕੀ ਪੰਜਾਬ ਦਾ ਪੌਣ ਪਾਣੀ ਮੋਹਿਤ ਦਿਲ ਹੈ ਇਹ ਅੰਦਰੋਂ ਬਾਹਰੋਂ ਨਿੱਗਾ ਹੈ ਕਿਉਂਕਿ ਇਸ ਵਿੱਚ ਨਾ ਬਹੁਤੀ ਗਰਮੀ ਪੈਂਦੀ ਹੈ ਤੇ ਨਾ ਬਹੁਤੀ ਠੰਡ ਇਸ ਵਿੱਚ ਨਾ ਕੋਈ ਦਿਖਾਵਾ ਹੈ ਤੇ ਨਾ ਵਲਫਰੇਬ ਇਸਦੇ ਮੁਟਿਆਰਾਂ ਦੇ ਚਿਹਰਿਆਂ ਉੱਤੇ ਜਲਾਲੀ ਵਰਗੀ ਚਮਕ-ਦਮਕ ਹੈ ਇਸਦੇ ਜਵਾਨਾਂ ਦੀਆਂ ਅੱਖਾਂ ਵਿੱਚ ਮਸਤੀ ਹੈ ਹਿੱਕਾਂ ਵਿੱਚ ਹਿੰਮਤ ਹੈ ਤੇ ਚਿਹਰਿਆਂ ਉੱਤੇ લાલી ਚੜੀ ਹੋਈ ਹੈ ਕਿ ਕਿਸ ਤਰ੍ਹਾਂ ਕਵੀ ਨੇ ਪੰਜਾਬੀ ਮੁਟਿਆਰਾਂ ਅਤੇ ਗਬਰੂਆਂ ਦੀ ਇਸ ਵਿੱਚ ਸਿਫਤ ਸਲਾਹੀ ਕੀਤੀ ਹੈ ਆਓ ਕਵਿਤਾ ਨੂੰ ਅੱਗੇ ਪੜ੍ਹਦੇ ਹਾਂ ਕਿ ਆ ਚੂੜੇ ਬੀੜੇ ਫੱਬਦੇ ਨੇ ਜੋ ਬਨਮਤੀਆਂ ਮੁਟਿਆਰਾਂ ਦੇ ਜਦ ਪਾਨ ਮਧਾਨੀ ਛਾਟੀ ਵਿੱਚ ਤਦ ਸ਼ੋਰ ਉਠਣ ਕਮਕਾਰਾਂ ਦੇ ਕੋਈ ਤੁੰਬੀ ਹੈ ਤੁੰਬਦੀ ਹੈ ਕੋਈ ਕੱਟਦੀ ਹੈ ਕੋਈ ਪੀਂਦੀ ਹੈ ਕੋਈ ਛੱਟਦੀ ਹੈ ਕੋਈ ਸਿਉਂਦੀ ਕੋਈ ਪਰੋਂਦੀ ਹੈ ਕੋਈ ਬੇਲਾ ਬੂਟੇ ਕੱਟਦੀ ਹੈ ਪਿਪਲਾਂ ਦੀ ਛਾਵੇਂ ਪੀਂਗਾ ਨੂੰ ਕੁਦ-ਕੁਦ ਕੇ ਮਸਤੀ ਚੜਦੀ ਹੈ ਟੁੰਬਦਾ ਹੈ ਜੋਸ਼ ਜਵਾਨੀ ਨੂੰ ਇੱਕ ਛੱਡਦੀ ਹੈ ਇੱਕ ਫੜਦੀ ਹੈ ਪਿਆਰੇ ਵਿਦਿਆਰਥੀਓ ਇਸ ਕਾਵ ਟੋਟੇ ਵਿੱਚ ਕਵੀ ਨੇ ਪੰਜਾਬ ਦੀਆਂ ਮਟਿਆਰਾਂ ਦੇ ਸੁਹੱਪਣ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਪੂਰੇ ਜੋਸ਼ ਨਾਲ ਹਰ ਕੰਮ ਕਰਦੀਆਂ ਹਨ ਇਸ ਵਿੱਚ ਕਵੀ ਨੇ ਕਿਹਾ ਹੈ ਕਿ ਪੰਜਾਬ ਦੀਆਂ ਜੁਵਨ ਮੱਤਿਆ ਮਟਿਆਰਾਂ ਨੂੰ ਚੂੜੇ ਬੀੜੇ ਦਾ ਸ਼ਿੰਗਾਰ ਬਹੁਤ ਹੀ ਫੱਬਦਾ ਹੈ ਉਹ ਜਦੋਂ ਦੁੱਧ ਡੜਕਦੀਆਂ ਹਨ ਤਾਂ ਮਦਾਨੀਆਂ ਦੀਆਂ কুমਕਾਰਾਂ ਸੁਣਾਈ ਦਿੰਦੀਆਂ ਹਨ ਉਹ ਹਰ ਵੇਲੇ ਕਤਨ ਤੁੰਬਨ ਸਿਉਨ ਪ੍ਰੂਣ ਜੱਕ ਸਿੱਧਾ ਕੱਢਣ ਦਾ ਕੰਮ ਕਰਦੀਆਂ ਰਹਿੰਦੀਆਂ ਹਨ ਉਹ ਪਿੱਪਲਾਂ ਦੀਆਂ ਛਾਵਾਂ ਹੇਠ ਪਿੰਗਾ ਝੂਟਦੀਆਂ ਤੇ ਆਨੰਦ ਲੈਂਦੀਆਂ ਹਨ ਆਓ ਅਗਲਾ ਕਾਫ ਟੋਟਾ ਸ਼ੁਰੂ ਕਰਦੇ ਹਾਂ ਜਦ ਰਾਤ ਚਾਨਣੀ ਖੇੜਦੀ ਹੈ ਕੋਈ ਰਗ ਇਲਾਹੀ ਛਿਰਦਾ ਹੈ ਗਿੱਦੇ ਨੂੰ ਲੋੜਾ ਆਂਦਾ ਹੈ ਜੋ ਬਨਤੇ ਬਿਰਹਾ ਪੜਦਾ ਹੈ ਵੰਜਲੀ ਵਹਿਨਾ ਵਿੱਚ ਰੁੱੜਦੀ ਹੈ ਜਦ ਤੁੰਬਾ ਸਿਰ ਤੁਨੇ ਆਉਂਦਾ ਹੈ ਮਿਰਜਾ ਪਿਆ ਕੁਕ ਕੁਕਾ ਛੜਦਾ ਹੈ ਤੇ ਵਾਰਸ ਹੀਰ ਸੁਣਾਉਂਦਾ ਹੈ ਇਸ ਕਾਫ ਟੁੱਟੀ ਵਿੱਚ ਕਵੀ ਕਹਿ ਰਿਹਾ ਹੈ ਕਿ ਪੰਜਾਬ ਵਿੱਚ ਜਦੋਂ ਚਾਨਣੀ ਰਾਤ ਖਿੜੀ ਹੋਈ ਹੁੰਦੀ ਹੈ ਤਾਂ ਇੱਥੇ ਕੋਈ ਇਲਾਹੀ ਰਾਗ ਛੇੜ ਪੈਂਦਾ ਹੈ ਮੁਟਿਆਰਾ ਗਿੱਧਾ ਪਾ ਕੇ ਜਵਾਨੀ ਤੇ ਬਿਰਹੋ ਦੇ ਪਾਵਾਂ ਨਾਲ ਭਰੀਆਂ ਬੋਲੀਆਂ ਪਾਉਂਦੀਆਂ ਹਨ ਕੋਈ ਗੱਬਰੂ ਵੰਜਲੀ ਤੇ ਕੋਈ ਤੁੰਬਾ ਵਜਾ ਕੇ ਮਸਤੀ ਚਾੜਦਾ ਹੈ ਕੋਈ ਮਿਰਜੇ ਦੀ ਸੰਦ ਸੁਣਾਉਂਦਾ ਹੈ ਤੇ ਕੋਈ ਵਾਰਸ ਦੀ ਹੀਰ ਆਓ ਅਗਲਾ ਕਹਾਵਟਾ ਸ਼ੁਰੂ ਕਰਦੇ ਹਾਂ ਖੂਹਾਂ ਤੇ ਟਿਚ 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 ਹੁੰਦੀ ਹੈ ਖੇਤਾਂ ਵਿੱਚ ਹਲ ਪਏ ਤਸਦੇ ਨੇ ਪੱਤੇ ਸ਼ਾਵੇਲੇ ਲੁਕਦੇ ਨੇ ਹਾਲੀ ਤੱਕ ਤੱਕ ਕੇ ਹੱਸਦੇ ਨੇ ਤੇਰੀ ਮਾਖਿਓ ਮਿੱਠੀ ਬੋਲੀ ਦੀ ਸਿਫਤ ਕਰਦਿਆਂ ਜੀ ਨਾ ਰਜਦਾ ਹੈ ਉਰਦੂ ਹਿੰਦੀ ਦੀਆਂ ਸਾਜਾਂ ਵਿੱਚ ਸੁਰ ਤਾਲ ਤੇਰਾ ਹੀ ਵੱਜਦਾ ਹੈ ਇਸ ਕਾਫ ਟੁੱਟੇ ਵਿੱਚ ਕਵੀ ਨੇ ਪੰਜਾਬ ਦੇ ਖੇਤਾਂ ਦੀ ਗੱਲ ਕੀਤੀ ਹੈ ਕਿ ਚੰਨ ਦੀਆਂ ਰਾਤਾਂ ਵਿੱਚ ਪੰਜਾਬ ਦੇ ਖੇਤਾਂ ਵਿੱਚ ਚੱਲਦੇ ਖੂਹਾਂ ਦੀ ਚਿਚਿਚ ਦੀ ਆਵਾਜ਼ ਸੁਣਾਈ ਦਿੰਦੀ ਹੈ ਤੜਕੇ ਖੇਤਾਂ ਵਿੱਚ ਹਲ ਚੱਲਦੇ ਹਨ ਸਵੇਰੇ ਹਾਲੀਆਂ ਦੀਆਂ ਪਤਨੀਆਂ ਪੱਤਾ ਲੈ ਕੇ ਆਉਂਦੀਆਂ ਹਨ ਜਿਨ੍ਹਾਂ ਨੂੰ ਤੱਕ ਕੇ ਹਾਲੀ ਖੁਸ਼ ਹੁੰਦੇ ਹਨ ਪੰਜਾਬ ਦੀ ਬੋਲੀ ਵੀ ਸ਼ਹਿਦ ਵਰਗੀ ਮਿੱਠੀ ਹੈ ਉਰਦੂ ਹਿੰਦੀ ਦੇ ਸਾਜ਼ਾਂ ਵਿੱਚ ਵੀ ਪੰਜਾਬ ਦਾ ਸੁਰ ਤਾਲ ਹੀ ਗੂੰਜਦਾ ਹੈ ਆਓ ਅਗਲੇ ਕਹਾਵਟਾ ਸ਼ੁਰੂ ਕਰਦੇ ਹਾਂ ਵਸੇ ਰਸੇ ਕਰ ਬਾਰ ਤੇਰਾ ਜੀਵੇ ਜਾਗੇ ਪਰਵਾਰ ਤੇਰਾ ਮਸਜਿਦ ਮੰਦਰ ਦਰਬਾਰ ਤੇਰਾ ਮੀਆਂ ਲਾਲਾ ਸਰਦਾਰ ਤੇਰਾ ਦੁਨੀਆ ਸਾਰੇ ਵੀ ਸੋਣੀ ਹੈ ਪਰ ਤੇਰਾ ਰੰਗ ਨਿਆਰਾ ਹੈ ਤੇਰੀ ਮਿੱਟੀ ਦਾ ਕੁਲਾ ਵੀ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ਇਸ ਕਾਵ ਟੋਟੇ ਵਿੱਚ ਕਵੀ ਨੇ ਆਪਣੀ ਪੰਜਾਬ ਨਾਲ ਮੁਹੱਬਤ ਪਿਆਰ ਬਾਰੇ ਗੱਲ ਕੀਤੀ ਹੈ ਕਵਿਤਾ ਪੰਜਾਬ ਨਾਲ ਇੰਨਾ ਪਿਆਰ ਹੈ ਕਿ ਉਹ ਚਾਹੁੰਦਾ ਹੈ ਕਿ ਉਸਦਾ ਵਸਦਾ ਰਸਦਾ ਰਹੇ ਉਸ ਦਾ ਪਰਿਵਾਰ ਜੀਵੇ ਚੱਗੇ ਉਸ ਦੀ ਮਸਜਿਦ ਮੰਦਰ ਦਰਬਾਰ ਮੀਆਂ ਲਾਲਾ ਸਰਦਾਰ ਸਭ ਵਸਦੇ ਰਸਦੇ ਰਹਣ ਬੇਸ਼ੱਕ ਹੋਰ ਦੁਨੀਆ ਵੀ ਸੋਹਣੀ ਹੈ ਪਰੰਤੂ ਪੰਜਾਬ ਦਾ ਰੰਗ ਅਨੋਖਾ ਹੈ ਕਵਿਨੁਤਾ ਉਸ ਦੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹਿਲਾਂ ਤੋਂ ਵੱਧ ਪਿਆਰਾ ਲੱਗਦਾ ਹੈ ਲੱਗਦਾ ਕੁੱਲਾ ਕੱਖਾਂ ਕਾਨਿਆਂ ਦਾ ਕੋਠਾ ਆਓ ਕਵਿਤਾ ਦਾ ਅਖੀਰਲਾ ਕਾਪ ਟੋਟਾ ਪੜ੍ਹਦੇ ਹਾਂ ਤੇਰੇ ਜ਼ਰਰੇ ਜ਼ਰਰੇ ਅੰਦਰ ਅਪਨੰਤ ਜਹੀ ਕੋਈ ਵਸਦੀ ਹੈ ਤੇਰੀ ਗੋਦੀ ਵਿੱਚ ਬੈੰਦਿਆ ਹੀ ਦੁਨੀਆਂ ਦੀ ਚਿੰਤਾ ਨਸਦੀ ਹੈ ਦਰਗਾਹੀ ਸੱਦੇ ਆ ਗਏ ਨੇ ਸਮਾਨ ਤਿਆਰ ਸਫਰਦਾ ਹੈ ਪਰ ਤੇਰੇ ਬੁਹੇ ਹਿੱਲਣ ਨੂੰ ਚਾਤਰਿਕ ਦਾ ਜੀ ਨਹੀਂ ਕਰਦਾ ਹੈ ਇਸ ਵਿੱਚ ਕਵੀ ਕਹਿ ਰਿਹਾ ਹੈ ਕਿ ਉਸ ਨੂੰ ਪੰਜਾਬ ਦੇ ਜ਼ਰੇ ਜ਼ਰੇ ਨਾਲ ਇੰਨਾ ਪਿਆਰ ਹੈ ਕਿ ਇਸ ਦੀ ਗੋਦੀ ਵਿੱਚ ਬੈੰਦਿਆਂ ਹੀ ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਬੇਸ਼ੱਕ ਕਵੀ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ ਪਰੰਤੂ ਉਸ ਦਾ ਆਪਣੇ ਪਿਆਰੇ ਪੰਜਾਬ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਪਿਆਰੀ ਵਿਦਿਆਰਥੀਓ ਇਸ ਕਵਿਤਾ ਰਾਹੀਂ ਕਵੀ ਨੇ ਸਾਨੂੰ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਅਸੀਂ ਜਿੱਥੇ ਜੰਮੇ ਪਲੇ ਜਾਂ ਰਹਿੰਦੇ ਹਾਂ ਉਸ ਚੀਜ਼ ਨਾਲ ਉੱਥੇ ਉਥੋਂ ਦੀ ਸੱਭਿਆਚਾਰ ਨਾਲ ਸਾਡਾ ਇੰਨਾ ਮੋਹ ਹੋ ਜਾਂਦਾ ਹੈ ਕਿ ਸਾਡਾ ਉਸ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਇਸ ਕਵਿਤਾ ਰਾਹੀਂ ਹੀ ਕਵੀ ਨੇ ਆਪਣਾ ਪੰਜਾਬ ਦੇ ਨਾਲ ਪਿਆਰ ਮੁਹੱਬਤ ਬਾਰੇ ਦਰਸਾਇਆ ਹੈ ਆਓ ਹੁਣ ਇਸ ਕਵਿਤਾ ਨਾਲ ਸੰਬੰਧਿਤ ਪ੍ਰਸ਼ਨ ਪੜიਏ ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ ਤੇ ਲਿਖਣਾ ਹੈ ਪੰਜਾਬ ਸ਼ਬਦ ਕਿੰਨਾ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਪ੍ਰਸ਼ਨ ਨੰਬਰ 2 ਹਿਮਾਲਾ ਦਾ ਛੱਤਰ ਕਿਸ ਦੇ ਸਿਰ ਉੱਤੇ ਹੈ ਪ੍ਰਸ਼ਨ ਨੰਬਰ 3 ਸੋਨਾ ਕਿਸ ਨੂੰ ਕਿਹਾ ਗਿਆ ਹੈ ਪ੍ਰਸ਼ਨ ਨੰਬਰ 4 ਪੰਜਾਬ ਦੀਆਂ ਮਟਿਆਰਾਂ ਕਿਹੜੇ-ਕਿਹੜੇ ਕੰਮ ਕਰਦੀਆਂ ਹਨ ਪ੍ਰਸ਼ਨ ਨੰਬਰ 5 ਮਾਖਿਓ ਮਿੱਠੀ ਬੋਲੀ ਕਿਹੜੀ ਹੈ ਪ੍ਰਸ਼ਨ ਨੰਬਰ 6 ਮਟਿਆਰਾਂ ਦੇ ਕੀ ਪਹਿਨਣ ਆ ਫਾਇਦਾ ਹੈ ਉਸ ਤੋਂ ਬਾਅਦ ਹੇਠ ਲਿਖੇ ਸ਼ਬਦਾਂ ਦਾ ਤੁਸੀਂ ਸਹੀ ਮਿਲਾਨ ਕਰਨਾ ਹੈ ਹਿਮਾਲਾ ਪਰਬਤ ਪੰਜਾਬੀ ਮਟਿਆਰਾਂ ਵੰਜਲੀ ਮਿਰਜ਼ਾ ਮਿੱਠੀ ਬੋਲੀ ਇਨਾਂ ਨੂੰ ਸਾਹਮਣੇ ਦਿੱਤੇ ਗਏ ਸ਼ਬਦਾਂ ਨਾਲ ਮਿਲਾਉਣਾ ਹੈ। ਅਖੀਰ ਵਿੱਚ ਤੁਹਾਨੂੰ ਇੱਕ ਪ੍ਰਸ਼ਨ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਕਵਤਾ ਵਿੱਚ ਆਏ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸ਼ਬਦਾਂ ਦੀ ਸੂਚੀ ਬਣਾਉਣੀ ਹੈ। ਕੋਈ 10 ਸ਼ਬਦ ਤੁਸੀਂ ਕਵਤਾ ਵਿੱਚੋਂ ਚੁਣ ਕੇ ਲਿਖਨੇ ਹਨ ਜਿਸ ਤਰ੍ਹਾਂ ਮਧਾਨੀ ਇਸ ਨਾਲ ਹੀ ਸੰਬੰਧਿਤ ਕੁਝ ਹੋਰ ਸ਼ਬਦ ਸੱਭਿਅ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਤੁਸੀਂ ਲਿਖਨੇ ਹਨ। ਧੰਨਵਾਦ ਤੰਦਰੁਸਤ ਰਹੋ ਸੁਰੱਖਿਅਤ ਰਹੋ